फार्मिंग दे विच किसान वीरो अज जिहड़ी वीडियो बना रहे हैं तुसीं गावां देख के समझ गए होवोगे सजदो के पिंड दे विच इहनू तहसील निहाल सिंह वाला पैंदी है ते जिला जिहड़ा हैगा उह मोगा उही घर जिथे वार वार एच एफ दे नगीने आउंदे आ बड़े माण नाल इह गल कह दिंदे आ वी दोस्तो हमेशा चंगीयां गावां वीर खरीददे आ ते इह गल पक्की हो जांदी है जदों वी वीडियो बनाउण आउणे उदों तुसीं इह गावां देखदे होवोगे कोई एक अद्धी वीडियो नहीं बनाई अणगिणत वीडियो है वीर दे घरों पर जदों भी वीडियो बनाई है एक भी पशु ए वजा नहीं आया जिन्हों देख के ऐ लगा हो भी ये तो मैं नहीं खरीदनी। सो दसो सजदो के पिंड वीडियो बना रहे हैं वीडियो एंड तक देखो जिन्हों जिहड़ा नग चंगा लगेगा आके आपकी तसली ना खरीदो नंबर 22 का स्क्रीन उत्ते चलूगा। सो अज की वीडियो के सत्त नग जिहड़े वो देखोगे सामने जिहड़े हैगे आ इस टाइम खड़े आ ते सत्तां नगां दी वीडियो बना रहे हैं हालांकि एक नग होर आ पर मैं पहला भी एक दो बार लाइव च यह गल कही है भी ये घर जिहड़े हैगे वह मेहनत करते हैं तो ब्यूटी पार्लर है गावां दे एक हिसाब से तुसीं ये गां देखोगे फार्म दे विचो आई है चंगी ब्रीड की बहुत टॉप की वैड आ पर इस टाइम फार्म चो आई है क्योंकि फार्मा च ज़्यादा नाग होंगे वो करके उत्थे नवाए नहीं जाते तुसीं देखोगे गोहा जिहड़ा चिंबड़िया हुआ वाला नूं पूछ दा हाल तुसीं देख सकते हो पर जदों ये इस साइड पर आऊगी तो उदो तुसी वैड देखोगे भी इस तरह की लगेगी जिहड़ी तुसी सामने वैड देख रहे हो। सो दोस्तों अज थोनू यह गावं दिखा रहे हैं सत्तां नगां बारे आपां डिटेल बाई तो पुछांगे वीडियो एंड तक देखियो जिन्हों जिहड़ा पशु चंगा लगू दोस्तो आके आपकी तसली ना खरीद लियो नंबर 22 का स्क्रीन उत्ते चलूगा। सो आओ वीर नाल गलबात करदे हां ते इधरों टॉप की वैड तो आपां वीडियो की शुरुआत करते हैं। भाई सत श्री अकाल। सत श्री अकाल भाई जी। नाम एक बार दस दी भाई। बब्बू अपना नाम जी। बब्बू बब्बू एक क्वेश्चन अज फिर पूछूंगा अरे ਕਿੱਥੋਂ ਲੱਭਦੇ ਆ ਤੁਸੀਂ ਇਦਾਂ ਦੀਆਂ ਗਾਵਾਂ? ਲੱਭਦੇ ਬਈ ਫਿਰ ਤਾਂ ਬਹੁਤ ਕਰਨੀ ਪੈਂਦੀ ਹੈ ਜੀ। ਅੱਛਾ ਪਰ ਆਪਣਾ ਰੁਟੀਨ ਆ ਪਰ ਆਪਾਂ ਮਾੜੀ ਲੈਂਦੇ ਨਹੀਂ ਜੀ। ਠੀਕ ਹੈ ਮਾੜੀ ਲੈਂਦੇ ਨਹੀਂ। ਨਾ ਮਾੜੀ ਸਾਥੋਂ ਵੇਚਦੀ ਹੈ ਜੀ। ਸਹੀ ਹੈ ਗਾਹਕ ਵੀ ਚੰਗਾ ਹੀ ਜੁੜਿਆ। ਗਾਹਕ ਵੀ ਚੰਗਾ ਜੁੜਿਆ ਹੋਇਆ ਜੀ ਹਨਾ। ਠੀਕ ਹੈ। ਅੱਛਾ ਇੱਕ ਇੱਕ ਹੋਰ ਗੱਲ ਦੱਸੀ ਹੁਣ ਇੱਧਰ ਇੱਕ ਵੈੜ ਦੇਖ ਰਹੇ ਹਾਂ ਬਰੀਡ ਵਾਈਜ਼ ਬਹੁਤ ਟੌਪ ਦੀ ਹੈ ਕਿੰਨਾ ਟਾਈਮ ਲੱਗ ਜੂਗਾ ਇਹਨੂੰ ਜੇ ਆਪਾਂ ਐਸ ਗਾਂ ਨੂੰ ਚਮਕਾਉਣਾ ਹੋਵੇ ਤਾਂ ਘੱਟੋ ਘੱਟ? ਡੇਢ ਤੋਂ ਬਾਈ ਜੀ 2 ਘੰਟੇ ਲੱਗ ਜਾਂਦੇ ਜੀ। ਡੇਢ ਤੋਂ 2 ਘੰਟੇ ਲੱਗ ਜਾਣਗੇ ਜੇ ਇਹਦਾ ਆਪਾਂ ਗੋਹਾ ਵਗੈਰਾ ਲਾਉਣੇ ਆ ਤੇ ਉਦੋਂ ਬਾਅਦ ਚ ਇਹਨੂੰ ਚਮਕਾਉਣਾ ਹੋਵੇ। ਜਾਂਦਾ ਜੀ ਹਨਾ ਜੀ। ਠੀਕ ਹੈ। ਅੱਛਾ ਇੱਜ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਨੀ ਆ ਆਪਾਂ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਬਾਈ ਇਹ ਬਾਈ ਦੂਜਾ ਸੂਆ ਵੈੜ ਆ ਜੀ। ਠੀਕ ਹੈ। ਮੂੰਹ ਤੋਂ 4 ਦੰਦ ਆ ਜੀ। 4 ਦੰਦ ਦੂਜਾ ਸੂਆ। ਠੀਕ ਹੈ। ਪਲੂਣ ਦਾ 42-43 ਗੁਰਦੁੱਧ ਦਾ ਪਾਇਆ ਹੋਇਆ ਜੀ। ਠੀਕ ਹੈ। ਅੱਛਾ ਦਿਨ ਹੁਣ ਕਿੰਨੇ ਲੈਂਦੀ ਹੈ? ਦਿਨ ਇਹ ਬਸ ਇਹ ਤਿਆਰ ਰੈਡੀ ਹੋਈ ਜੀ 1-2 ਦਿਨ ਹੀ ਵੈੜ ਲਊ ਜੀ। ਠੀਕ ਹੈ। ਤੋਰਦੀ ਬਾਈ ਖੋਲ ਕੇ ਦੋਸਤੋ 1-2 ਦਿਨ ਲਊਗੀ ਦੂਜਾ ਸੂਆ 4 ਦੰਦ। ਜਿੰਨਾ ਤੁਸੀਂ ਇਹਦੀ ਜੇ ਵੇਲ ਦੀ ਗੱਲ ਕਰੋ ਤਾਂ ਮੈਂ ਲਾਈਵ 'ਚ ਵੀ ਇਹ ਗੱਲ ਕਹੀ ਸੀ ਵੀ ਇਹਦੇ ਜਿੰਨੀ ਵੇਲ ਜਿਹੜੀ ਉਹ ਬਹੁਤ ਘੱਟ ਤੁਹਾਨੂੰ ਮਿਲੂਗੀ। ਲੰਬੀ ਵੇਖੋ ਦੋਸਤੋ ਵੈੜ ਕਿੰਨੀ ਜ਼ਿਆਦਾ। ਆਰਡਰ ਕੁਆਲਿਟੀ ਬੜੀ ਜ਼ਬਰਦਸਤ ਹੈ। ਬਹੁਤ ਵੱਡਾ ਹਵਾਨਾ ਹੈ। ਮਿਲਕ ਵੇਨ ਚੰਗੀ ਆਉਂਦੀ ਹੈ। ਉੱਤੋਂ ਚੌੜੀ ਵੈੜ ਆ। ਤੁਸੀਂ ਇੱਥੋਂ ਫੇਰ ਤੁਰਦੀ ਦੇਖੋ ਦੋਸਤੋ ਸਾਈਡ ਤੋਂ ਦਿਲ ਨੂੰ ਲੱਗਦੀ ਹੈ। ਹਾਲਾਂਕਿ ਪੈਸੇ ਜਿਹਨੇ ਲਾਉਣੇ ਉਹਨੇ ਵੱਡਾ ਦਿਲ ਕਰਨਾ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੋਸਤੋ ਚੰਗੀ ਪੇਮੈਂਟ ਦੇ ਨਾਲ ਹੀ ਮਿਲਣੀਆਂ ਹੁੰਦੀਆਂ ਘੱਟ ਤਿਆਰ ਹੁੰਦੀਆਂ। ਦੇਖ ਸਕਦੇ ਹੋ ਇਹਦੀ ਆਰਡਰ ਕੁਆਲਿਟੀ ਬੜੀ ਜ਼ਬਰਦਸਤ। ਉੱਤੋਂ ਇਹਦੀ ਚੌੜਾਈ ਤੁਸੀਂ ਦੇਖੋ ਮੱਝਾਂ ਨਾਲੋਂ ਚੌੜੀ ਹੈ ਵੈੜ ਇਹ। ਜੋ ਗੱਲਾਂ ਕਰਦਾ ਦੋਸਤੋ ਆ ਕੇ ਨਿਕਲਣੀਆਂ ਇਹ ਨਹੀਂ ਗੱਲ ਵੀ ਤੁਹਾਨੂੰ ਵੈਸੇ ਮੈਂ ਇਸ ਤਰ੍ਹਾਂ ਕਰਦਿਆਂ ਵੀ ਤੁਸੀਂ ਆ ਕੇ ਖਰੀਦ ਹੀ ਲਓ ਪਰ ਤੁਸੀਂ ਪਸੰਦ ਕਰੋਗੇ ਇਸ ਚੀਜ਼ ਨੂੰ। ਜੋ ਚੀਜ਼ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਮੈਂ ਬੋਲ ਰਿਹਾ। ਕੋਈ ਇਹਨਾਂ ਇਹ ਨਹੀਂ ਵੀ ਕੋਈ ਫਿਲਟਰ ਲਾ ਕੇ ਵੀਡੀਓ ਬਣਾ ਰਹੇ ਹਾਂ। ਸੋ ਬਹੁਤ ਚੰਗੇ ਕੱਦ ਦੀ ਚੰਗੀ ਵੇਲ ਅਤੇ ਬਹੁਤ ਵੱਡੇ ਹਵਾਨੇ ਦੀ ਵੈੜ ਹੈ। ਸੂਣ ਦੀ ਬਿਲਕੁਲ ਤਿਆਰੀ ਹੈ। ਘੁਮਾਲਾ ਬਾਈ ਗੁਰੂ ਦੇਖ ਸਕਦੇ ਹਾਂ ਦੋਸਤੋ ਆਰਡਰ ਕੁਆਲਿਟੀ ਬੜੀ ਜ਼ਬਰਦਸਤ ਹੈ। ਬਹੁਤ ਸੋਹਣੀ ਵੈੜ ਹੈ ਜਿਹੜੀ ਤੁਹਾਨੂੰ ਪਹਿਲੇ ਨੰਬਰ 'ਤੇ ਤੋਰ ਕੇ ਦਿਖਾ ਰਹੇ ਹਾਂ। ਸੋ ਜਿਹੜਾ ਵੀਰ ਖਰੀਦਣੀ ਚਾਹੇ ਕਾਲ ਕਰਿਓ। ਸ਼ਿੰਗਾਰ ਬਣੂਗੀ ਦੋਸਤੋ ਘਰ ਦਾ ਜਿਹੜੇ ਵੀਰ ਨੇ ਖਰੀਦੀ। ਇਹਦੇ ਤੋਂ ਬਰੀਡ ਸ਼ੁਰੂ ਹੋਊਗੀ ਤੁਹਾਡੇ ਕੋਲ ਐਚ ਐਫ ਨਸਲ। ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਹੈ। ਚਿਹਰੇ ਦੀ ਬਣਤਰ ਬਹੁਤ ਚੰਗੀ ਹੈ। ਬਹੁਤ ਸੋਹਣਾ ਹਵਾਨਾ ਦੋਸਤੋ ਵੈੜ ਦਾ ਤਿਆਰੀ ਦੇ ਵਿੱਚ ਬਹੁਤ ਸੋਹਣੀ ਹੈ। ਇਹਦੋਂ ਅੱਗੇ ਇੱਕ ਹੋਰ ਵੈੜ ਤੁਹਾਨੂੰ ਦਿਖਾਊਂਗਾ ਅਤੇ ਜਿਵੇਂ ਜਿਵੇਂ ਮੈਂ ਲਾਸਟ ਤੱਕ ਤੁਹਾਨੂੰ ਗਾਵਾਂ ਦਿਖਾਉਂਦਾ ਜਾਊਂਗਾ ਮੇਰੇ ਖਿਆਲ 'ਚ ਹਰੇਕ ਗਾਂ ਦੇਖ ਕੇ ਦਿਲ ਕੇਰਾਂ ਇੱਕ ਵਾਰ ਜ਼ਰੂਰ ਕਰੂ ਕਿਉਂਕਿ ਵੀਡੀਓ ਉਹੀ ਦੇਖੂ ਜਿਹਨੂੰ ਪਸ਼ੂਆਂ ਦਾ ਸ਼ੌਂਕ ਹੈ। ਜਿਹਨੂੰ ਸ਼ੌਂਕ ਆ ਉਹਦਾ ਜੀ ਕਰੂਗਾ ਵੀ ਇੱਦਾਂ ਦੀ ਗਾਂ ਵੀ ਮੈਂ ਖਰੀਦਾਂ ਮੇਰੇ ਘਰ 'ਚ ਹੋਵੇ ਜਾਂ ਤਿਆਰ ਕਰੀਏ। ਬੱਬੂ ਇਹਦੀ ਕੀ ਡਿਟੇਲ ਆ? ਦੂਜਾ ਸੂਆ ਬਾਈ ਜੀ ਇਹ ਜੀ। ਠੀਕ ਹੈ। ਮੂੰਹ ਤਾਂ 6 ਦੰਦ ਆ ਜੀ। 6 ਦੰਦ ਆ ਦੂਜਾ ਸੂਆ। ਠੀਕ ਹੈ ਬਾਈ। ਦਿਨ ਕਿੰਨੇ ਲੈਂਦੀ ਹੈ ਇਹ? ਲੈ ਜੀ ਬਾਈ 10-12 ਦਿਨ ਵੈੜ ਜੀ। 10-12 ਦਿਨ ਹਜੇ ਲੈ ਜੂਗੀ? ਲੈ ਜੀ ਵੈੜ ਜੀ। ਠੀਕ ਹੈ ਖੋਲੀ ਬਾਈ। ਬਹੁਤ ਵੈੜ ਥਣ ਤੁਹਾਨੂੰ ਬਹੁਤ ਚੰਗਾ ਜੀ। ਠੀਕ ਹੈ ਦੋਸਤੋ ਥਣ ਦਾ ਸਾਈਜ਼ ਤੁਹਾਨੂੰ ਇੱਥੇ ਹੀ ਦਿਖਾ ਰਿਹਾ ਉਦੋਂ ਬਾਅਦ 'ਚ ਤੋਰਾਂਗੇ। ਵਾਕਈ ਥਣ ਦੇਖ ਸਕਦੇ ਹੋ ਮੁੱਠੀ ਦੀ ਚਵਾਈ ਵਾਲਾ। ਆਰਡਰ ਤੁਸੀਂ ਦੇਖੋਗੇ ਲਗਭਗ ਫੁੱਟ ਤੋਂ ਵੀ ਜ਼ਿਆਦਾ ਅੱਗੇ ਨੂੰ ਹੋਊਗਾ ਅਗਲੇ ਥਣ ਤੋਂ। ਪਿਛਾਂ ਨੂੰ ਵੀ ਹਵਾਨਾ ਚੰਗਾ ਦਿਖਾਉਂਦੀ ਹੈ।
बहुत सोहना रंग रूप है, काले चिट्टे डब है। ये भी दोस्तो पंजाब ने मनना पऊगा भी एच एफ नसल उत्ते बहुत मेहनत की, एंड कराता एच एफ नसल बाहरले लैवल दियां गावां जिहड़ियां तैयार होईयां। फार्म लार्ज फार्म वाले वीरां दी मेहरबानी, पी डी एफ ए वर्गी संस्था की मेहरबानी। ते नाल जदों ए बी एस ते आपां सैग वालियां दी गल करिए तो उन्होंने भी सीमन च कोई ढिल नहीं छड्डी, बहुत वड्डा हवाना दोस्तों वैट दा। वर्ल्ड वाइड की गल करते हैं, सी आर वी की गल करते हैं तो सारिया ही कंपनियां ने टॉप का सीमन एच एफ च प्रोवाइड करवाया। देख सकते हैं दोस्तों इहदा भी स्ट्रक्चर, फेस इहदा भी बहुत सोहना है, खांडा सहज बहुत चंगा, ढांचा बहुत वड्डा, उत्तों बिल्कुल स्ट्रेट दिसूगी, बिल्कुल पद्धर दिसूगी थोनू ये भी गां। दूजा सूआ दोस्तों ते दिन हजे लैंदी है दस, चंगा दुध पाऊगी लिया भाई। सो ये दो नंबर उत्ते थोनू गां दिखाई है। नंबर जिहड़े इह जिहड़ियां बद्धियां दे हिसाब ते, हालांकि जे ब्रीड वाइज गल करिए तो जिहड़ी वेखते जाऊंगे उस नूं नंबर वन ही लगती जाऊगी, पर जिहड़े हिसाब से बद्धियां उस हिसाब से आपां इहनां नूं नंबर दित्ते आ, वी इह एक नंबर ते बद्धी सी ते दो नंबर ते, तीन नंबर ते जिहड़ी बद्धी आ उहदे बारे भी आपां बाई तों जानकारी लैंदे आ। बब्बू दूजा सूई है बाई जी, दूजा सूआ ही है। अच्छा दहने किन्ने लैंदी आ? दहने वी 10 तों 12 दिन लै जू बैठ जी। ठीक है, 10 तों 12 दिन हजे लै जूगी, लै जू बैठ जी। ठीक है बाई, दुध वी बैठ वधिया पाओ जी। ठीक है, वधिया आपां नूं सेती मिली है जी। ठीक है, खोली बाई नूं दोस्तो, 10 तों 12 दिन इह लैंदी आ। ਖਾਂਡਾ ਸਹਿਜ ਇਹਦਾ ਵੀ ਬਹੁਤ ਜ਼ਿਆਦਾ ਚੰਗਾ ਹੈ, ਮੁੱਠੀ ਦੀ ਚਵਾਈ ਵਾਲਾ 40 ਪਲੱਸ ਤੋਂ ਉੱਪਰ। ਜਗਜੀਤ ਵੀਰੇ ਖੁੱਲੇ ਡੁੱਲੇ 35-36 ਕਿਲੋ ਪਲੂਨ ਨੇ ਦੁੱਧ ਦਿੱਤਾ, ਹਜੇ ਮੰਨ ਕੇ ਚੱਲੋ ਇਹਦੇ 10 ਦਿਨ ਖੁੱਲੇ ਪਏ ਆ, ਤੇ ਜਦੋਂ ਕਿਤੇ ਤਿਆਰੀ ਤੇ ਆ ਗਈ ਤੇ ਉਦੋਂ ਦੇਖਣ ਲਾਇਕ ਚੀਜ਼ ਬਣ। ਠੀਕ ਹੈ ਦੋਸਤੋ, 40 ਕਿਲੋ ਦੁੱਧ ਦੀ ਉਮੀਦ ਹੈ ਦੂਜਾ ਸੂਆ ਵੈੜ ਦੁੱਧ, ਕਿਉਂਕਿ ਢਾਂਚੇ ਵੱਡੇ ਆ, ਖੁੱਲੀਆਂ ਗਾਵਾਂ ਹਵਾਨੇ ਵੱਡੇ ਆ ਤਾਂ ਦੁੱਧ ਇਹਨਾਂ ਨੇ ਪਾ ਹੀ ਦੇਣਾ, ਗੱਪ ਵਾਲੀ ਗੱਲ ਲੱਗੂਗੀ ਦੋਸਤੋ। ਪਰ ਐਡੇ ਐਡੇ ਹਵਾਨੇ ਜਦੋਂ ਕੋਲ ਆ ਕੇ ਦੇਖੋਗੇ ਤਾਂ ਲੱਗਦੇ ਆ, ਕਿਉਂਕਿ ਐਚ ਐਫ ਗਾਂ ਕਈ ਤਰ੍ਹਾਂ ਤੋਕੜ ਵੀ ਡਰਾਈ ਵੀ ਹੋਵੇ ਨਾ ਤੇ ਉਹ ਵੀ ਦੇਖਣ ਚ ਹਵਾਨਾ ਭਾਵੇਂ ਛੋਟਾ ਦਿਖਾਵੇ ਪਰ ਡਰਾਈ ਕਰਨੀ ਔਖੀ ਹੋ ਜਾਂਦੀ ਹੈ, ਇੰਨਾ ਕੁ ਦੁੱਧ ਦਿੰਦੀ ਹੈ। ਇਹ ਤਾਂ ਗਾਵਾਂ ਤਾਜ਼ੀਆਂ ਸੂਣੀਆਂ, ਇਹਨਾਂ ਨੇ ਤਾਂ ਪੀਕ ਲੈਵਲ ਫੜਨੇ ਆ ਦੋਸਤੋ, ਜਦੋਂ ਸੂਈਆਂ ਨੂੰ ਇਹਨਾਂ ਨੂੰ ਮਹੀਨਾ ਹੋ ਗਿਆ। ਸੋ ਆਰਡਰ ਦੀ ਬਣਾਵਟ ਇਹਦੀ ਵੀ ਤੁਸੀਂ ਦੇਖੋ, ਸਟਾਰਟਿੰਗ ਬਿਲਕੁਲ ਉੱਪਰੋਂ ਖੁੱਚਾਂ ਤੋਂ ਉੱਤੇ ਪਿਆ, ਖਾਂਡਾ ਸਹਿਜ ਬੇਸ਼ੱਕ ਮਸ਼ੀਨ ਹੈਗੀ ਹੈ ਮਿਲਕਿੰਗ ਤੇ, ਜਾਂ ਨਹੀਂ ਹੈਗੀ ਤਾਂ ਹੱਥੀਂ ਵੀ ਝੋਲੋਂਗੇ, ਕੋਈ ਡਰ ਵਾਲੀ ਗੱਲ ਨਹੀਂ, ਕਿਉਂਕਿ ਖਾਣ ਤੁਹਾਡੇ ਹੱਥ 'ਚ ਮੁੱਠੀ 'ਚ ਆਊਗਾ। ਦੋ ਜਾਣੇ ਦੋਨੀ ਪਾਸੇ ਬਹਿ ਕੇ ਚੋਣਗੇ ਜਿਹੜੇ ਹਿਸਾਬ 'ਤੇ ਆਰਡਰ ਦੀ ਕੁਆਲਿਟੀ ਹੈ। ਫੇਸ ਇਹਦਾ ਵੀ ਬਹੁਤ ਸੋਹਣਾ, ਬਹੁਤ ਸੋਹਣੇ ਚਿਹਰੇ ਦੀ ਹੈ, ਦੇਖ ਸਕਦੇ ਹੋ ਪਿਓਰ ਐਚ ਐਫ ਨਸਲ ਦੂਜਾ ਸੂਆ ਬੰਨਦੇ ਬਈ। ਤਿੰਨ ਨੰਬਰ ਉੱਤੇ ਵੈੜ ਸੀਗੀ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ, ਸੰਭਾਲਦਾ ਦੋਸਤੋ ਕੋਈ ਮੁੱਲ ਨਹੀਂ, ਇਹੀ ਇਸੇ ਚੀਜ਼ ਦੀ ਇਹ ਕਮਾਈ ਵੀਰ ਕਰਦੇ ਆ, ਪਸ਼ੂਆਂ ਨੂੰ ਸ਼ੌਂਕ ਨਾਲ ਸਾਂਭਦੇ ਆ। ਥਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੁੱਕਾ ਰੱਖਿਆ ਹੋਇਆ ਹੇਠਾਂ। ਇਹਦੋਂ ਅੱਗੇ ਦੋਸਤੋ 4 ਨੰਬਰ ਤੇ ਵੈੜ ਆ, ਬੱਬੂ ਕੀ ਡਿਟੇਲ ਆ? ਇਹ ਵੀ ਦੂਜਾ ਸੂਆ ਬਈ ਜੀ, 6 ਦੰਦ ਆ ਜੀ, 6 ਦੰਦ ਦੂਜਾ ਸੂਆ। ਭੈਣ ਇਹ ਵੀ ਲੈ ਜੀ, 10 ਤੋਂ 12 ਦਿਨ ਬੈੜੀ, ਵੱਧ ਵੀ ਇਹ ਜੇ 1-2 ਦਿਨ ਜੀ। ਠੀਕ ਹੈ, ਹਾਂਜੀ ਤੋਰੀ ਬਈ ਦੋਸਤੋ, ਦੂਜਾ ਸੂਆ ਇਹ ਹੈ, 10 ਤੋਂ 12 ਦਿਨ ਲੈਂਦੀ ਹੈ। ਤੇ ਇਸ ਘਰ ਚੋਂ ਹਮੇਸ਼ਾ ਤੁਹਾਨੂੰ ਪਹਿਲਾ ਜਾਂ ਦੂਜਾ ਸੂਏ ਦੀਆਂ ਵੈੜਾਂ ਮਿਲਣਗੀਆਂ, ਤੀਜਾ ਸੂਆ ਕਦੇ ਕੋਈ 1-2 ਚੰਗੀ ਆ ਜੂਗੀ ਤਾਂ, ਨਹੀਂ ਤਾਂ ਪਹਿਲਾ ਜਾਂ ਦੂਜਾ ਸੂਆ ਇਦਾਂ ਦੀਆਂ ਵੈੜਾਂ ਤੇ ਵੱਡੇ ਕੱਦ ਕਾਠ ਦੀਆਂ। ਪਹਿਲਾਂ ਵੀ ਇੱਕ ਵੀਡੀਓ 'ਚ ਦੱਸਿਆ ਸੀ ਵੀ ਲੱਖੋਂ ਬਾਹਰ ਦੀ ਗਾਂ ਮਿਲਦੀ ਹੈ ਬਾਈ ਹੋਰਾਂ ਕੋਲੋਂ, ਮਾੜੀ ਗਾਂ ਖਰੀਦਦੇ ਨਹੀਂ ਤੇ ਨਾ ਇਹਨਾਂ ਤੋਂ ਵਿਕਦੀ ਹੈ, ਨਾ ਵਿਕਦੀ ਦਾ ਮਤਲਬ ਕਿਉਂਕਿ ਗਾਹਕ ਇਹਨਾਂ ਦਾ ਜਿਹੜਾ ਜੁੜਿਆ ਹੋਇਆ ਇਹਨਾਂ ਨਾਲ ਪੱਕੇ ਤੌਰ 'ਤੇ, ਉਹ ਚੰਗਾ ਗਾਹਕ ਜੁੜਿਆ ਹੋਇਆ ਜਿਹੜਾ ਪੈਸੇ ਭਰਦਾ ਚੰਗੀ ਗਾਂ ਦਾ ਸ਼ੌਕੀਨ ਹੈ। ਸੋ ਚੰਗੀਆਂ ਗਾਵਾਂ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਸੋਹਣੀ ਵੈੜ ਇਹ ਵੀ, ਫੇਸ ਵੀ ਦੇਖ ਸਕਦੇ ਹੋ ਤੁਸੀਂ ਇਹਦਾ, ਜੱਚਦਾ ਸੋਹਣਾ ਹੈ, ਕੱਦ ਕਾਠ ਕਾਫੀ ਹੈ, ਹਵਾਨਾ ਹਜੇ 10-12 ਦਿਨ ਇਹ ਲੈਂਦੀ ਹੈ। ਸੋ ਉਹਦੇ ਕਰਕੇ ਹਜੇ ਤੁਹਾਨੂੰ ਛੋਟਾ ਲੱਗੂਗਾ ਪਰ ਬਹੁਤ ਭਰਨਾ ਭਰਨਾ ਬਹੁਤ ਹੈ ਜਗਜੀਤ ਵੀਰੇ, ਜਦੋਂ ਤਿਆਰੀ ਤੇ ਆ ਗਈ ਸਹੀ ਮਹਿਨਾ ਚ ਉਦੋਂ ਪਤਾ ਲੱਗਣਾ ਵੀ ਕੀ ਸਹੀ ਹੈ। ਥਾਣ ਇਹਦਾ ਵੀ ਤੁਸੀਂ ਦੇਖੋ ਤਾਂ ਬਿਲਕੁਲ, ਤੁਸੀਂ ਬੇਸ਼ੱਕ ਘਰੇ ਬੈਠੇ ਆਰਡਰ ਪਾ ਦਿਓ, ਥਾਣ ਵੱਲੋਂ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਊਗੀ, ਹੱਥੀਂ ਚਵਾਈ ਵਾਲਾ ਥਾਣ ਹੈ, ਬਹੁਤ ਸੋਹਣਾ ਥਾਣ ਲੱਗਾ ਲੈ ਆ ਬਾਈ। ਸੋ ਇਹ 4 ਨੰਬਰ ਉੱਤੇ ਤੁਸੀਂ ਵੈੜ ਦੇਖ ਰਹੇ ਹੋ ਇਸ ਟਾਈਮ, ਇਦੋਂ ਅੱਗੇ ਜਿਹੜੀ ਵੈੜ ਦਿਖਾਉਣੀ ਹੈ, ਜਿਵੇਂ ਸ਼ੁਰੂ ਦੇ ਵਿੱਚ ਕਹਿਤਾ ਸੀ ਵੀ ਜਿਹੜੀ ਜਿਹੜੀ ਵਿਖਾਉਂਦਾ ਜਾਊਂਗਾ ਜੀ ਕਰੂਗਾ ਵੀ ਇਹ ਖਰੀਦ ਲਈਏ। ਸੋ ਹੁਣ ਤੁਹਾਨੂੰ ਦਿਖਾਉਣੀ ਹੈ 5 ਨੰਬਰ ਉੱਤੇ ਇੱਕ ਚਿੱਟੇ ਰੰਗ ਦੇ ਵਿੱਚ ਵੈੜ, ਬੱਬੂ ਕੀ ਡਿਟੇਲ ਆ ਬਾਈ? ਇਹ ਪਹਿਲਾ ਸੂਆ ਜੀ, ਪਹਿਲਾ ਸੂਆ ਮੂੰਹ ਤੋਂ 4 ਦੰਦ ਆ ਬਾਈ ਜੀ। ਅੱਛਾ 4 ਦੰਦ ਆ, ਤੇ ਦਿਨ ਕਿੰਨੇ ਕੁ ਲੈ ਜੂਗੀ? ਦਿਨ 8-9 ਦਿਨ ਵੈੜ ਲੈ ਜੂਗੀ ਜੀ। 8-9 ਦਿਨ ਲੈ ਜੂਗੀ, ਖੋਲੀ ਬਾਈ ਨੂੰ ਦੋਸਤੋ, 4 ਦੰਦ ਆ ਤੇ ਸੂਆ ਪਹਿਲਾ,
चंगे कद की है, चंगी वेल ए जो तुरूगी उदो थोन दिस जानी है। हवाना जो देखते हैं तो बहुत सोहना तैयार है, खुचा तो उत्ते रह जाता हवाना। फिर भी दोस्तों जो उपरों शुरू करते हैं तो लगभग 1.5 फुट आंगू इन्हों के हवाने है, पिछों फुल चढ़ाई दे थांदा साइज ये भी हथी चोन वाला हवाना। देखते हैं तो लाली दे बहुत सोहना हवाना, थना च बिथी देखोगे तो सारिया वहड़ा तो ज्यादा दिसदी है इस टाइम। कमाला भाई बहुत सोहने रंग रूप की वहड़ है भी, फेस देख सकते हैं दोस्तों, चेहरा भी बहुत सोहना। पहलन वहड़ है तो चार दान का हवाना देखिया बनता, एदा भी बहुत तकड़ा हवाना। हुण तुसी देखोगे दा हवाना इत्थे खड़ी दा उत्तों स्टार्टिंग है ते थले तक बहुत वड्डा हवाना आउंदा, लगभग खुचा दे बराबर आके जिहड़ा रुक जांदा। हवाना थण तों अगे भी काफ़ी चंगा दिखाउंदी है, थण चारे बिल्कुल कन्नियां ते लगे है, रंग रूप थोड़े सामने है, पिछों फुल हैवी है, अगों पतली है। तो वी शेप वाली जिहड़ी वहड आपां गल करदे हां वी पिछे दे भारे पशु दुध ज़्यादा दिंदे आ। कमाला भाई ते जे आपां दसो बलदां दे विच जां जां सानां च गल करिए तो उन्हां दी जिन्हां दी हैक मजबूत होवे उह ज़्यादा कम्म दे रहिंदे आ। इहदे वी थांदा सहज बहुत सोहना है, बिल्कुल परफेक्ट थण लगा जिहड़ा हत्थीं चवाई वास्ते। मशीनी चवाई वास्ते कोई डर नहीं हुंदा, बेशक थण छोटा भी होवे पर इह गावां हरेक पक्ष तों बिल्कुल परफेक्ट दिसदियां इस टाइम जे आपां इहनां नूं देखदे आं तां। गभण है टाइम लैंदी है सोण च। इदू अगे एक होर बहुत सोहने हवाने की बहुत सोहनी तैयारी दे विच वहड़ है जिहड़ी तुहानूं हुण दिखाउणी है, ये 6 नंबर उत्ते तुहानूं दिखावांगे। बाबू इहदी की डिटेल है भाई? ये पहले सूए भाई जी, ठीक है, दो दंद दा मूंह जी, हजे दो दंद दी है, हां जी ठीक है। पर रुपू होई बहुत वधिया जी। दिन किन्ने लैंदी है? दिन 7-8 दिन वहड़ लै जूगी जी। 7-8 दिन लै जूगी, ठीक है। तोरी भाई इहनूं दसो कच्ची है थोड़ी तैयार हो रही ने, वड्डी वहड़ दे बराबर ही जाना जी। अच्छा हां जी ठीक है, खोली भाई। क्वालिटी ने ब्रेकिंग ने पशु दी हड्ड चंगी हुंदी है ना जी। दसो दोंदी है हजे सिर्फ दो दंद, कद सारिया गावां दे बराबर दा, जिहड़ियां 6 दंद वहड़ां दिखाईआं उहनां दे बराबर दा इस टाइम। ते अर्डर जिहड़ा जे देखदे आं तां उह वी उहनां दे बराबर दा पहले सूए च। खरीदण वास्ते तुसीं देखणा, तुसीं आ के इहनां दी जांच परख करनी आ, पर जे आपां सिर्फ शौक वजों कोई वीर वीडियो देख रहा तां तुहानूं टॉप दीआं वहड़ां दिस रहीआं इस टाइम। करमा वाले आ वी आपां इक घर चों इदां दे नग देख लैंदे आ। फार्मां दी वीडियो बनाउणी थोड़ा जिहा औखा काम है क्योंकि हरेक फार्मर वीर जिहड़ा उपरे बंदे नूं पशुआं वाले पासे नूं घट ले जा के खुश हुंदा। सो तुसीं इह वहड़ां देख रहे हो दोस्तों, बहुत टॉप दीआं वक्खरे वक्खरे फार्मां दे विच्चों आईआं हुईआं, विकाऊ है। HF नसल ते काम करना चाहो तां तुसीं मोस्ट वेलकम है, दो दी बजाय इक खरीदो पर चंगी खरीदो। आर्डर इहदा वी तुसीं देख सकदे हो दसो, थण वी इहदे चारे निखड़वे है, बन ला पई लिया। सो दो दंद वच्छी है दोस्तों, इह टॉप दी इह वी ब्रीड है, संभाल दा मुल हुंदा दोस्तों, ते जे चंगा सांभांगे तां इदां दे पशु तैयार हुंदे है। मेहनत करिया करो जिहड़ा वीर पशुआं वाले पासे नूं, कल्ला खरीद लेना इत्थे आके गल दोस्तों सिर्फ शुरू हुंदी है, संभाल जिहड़ी है उहदे नाल अगे कामयाब होया जांदा। चंगी केयर दी लोड़ पऊगी इन्हां गावां नूं, इन्हां नूं इह नहीं वी जिथे बंधतियां उत्थे बद्धियां रहिणगियां, क्योंकि इन्हां दे उत्ते मेहनत लगेगी थोड़ी संभालण वाले पक्ष तों। इदू अगे इक ताजी सूई वी वहड़ वीर कोल विकाऊ है, इह जी पहलण है जी वहड़, ठीक है, 4 दिन दा मूंह तों जी। कदों सूई है इह? चारे थन निखड़वे दिसणगे, हवाना इहदा बहुत तकड़ा, दुध दे विचों कढ़िया विया कुछ बच्चा, इहने बच्चा दित्ता 25-26 किलो दुध दी बाई दसदा वी, पूरी उम्मीद है इह वहड़ पाऊगी। बच्चे का ज्यादा मोह कर दी, तुसीं सामने देख सकदे हो, जिहदे करके तोरी नहीं। सो दोस्तों अज की वीडियो दे विच इह नग सीगे जिहड़े तुहानूं दिखाते, जिहड़ा पशु चंगा लगे आके आपदी तसली करो, देखो पूरी नरक परख दे नाल सौदा करो। दुध वाले पक्ष तों बहुत चंगीआं वहड़ां रहिणगीआं, ब्रीड वाइज टॉप है, कीमत इहनां दी चंगी रहिणी है, तो तुसीं भरनी है जिहने पसंद करनी है। सो बहुत धन्नवाद दोस्तों वीडियो देखण वास्ते, मेहरबानी।